ਗੱਲਬਾਤ ਕੀਤੀ, ਜਿਸ ਨਾਲ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਵਿਰੋਧੀਆਂ ਵੱਲੋਂ ਇਸ ਸਕੂਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਬੱਚਿਆਂ ਨੂੰ ਭੜਕਾਇਆ ਜਾ ਰਿਹਾ ਹੈ, ਜਿਸ ਕਰਕੇ ਸਕੂਲ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਜੋ ਪਿਛਲੇ ਦਿਨੀ ਡੀਸੀ ਪਟਿਆਲਾ ਦੀ ਅਗਵਾਈ ਵਿੱਚ ਬਣੀ 5 ਮੈਂਬਰੀ ਕਮੇਟੀ ਦਾ ਫੈਸਲਾ ਆਇਆ ਉਹ ਸਹੀ ਹੈ ਤੇ ਸਕੂਲ ਵਿੱਚ ਅਧਿਆਪਕਾਂ ਵੱਲੋਂ 3 ਗਰੁੱਪ ਬਣਾਏ ਗਏ ਸਨ, ਜਿਸ ਕਰਕੇ ਇਹ ਕਮੇਟੀ ਨੇ ਆਪਣੀ ਰਿਪੋਰਟ ਸੌਂਪੀ, ਉਸਦੇ ਬਾਅਦ ਹੀ ਇਹ ਐਕਸ਼ਨ ਲਿਆ ਗਿਆ। ਨਾਭਾ ਬਲਾਕ ਦੇ ਪਿੰਡ ਟੌੜਾ ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਉਹ ਇੱਕ ਦਿਨ ਬੰਦ ਵੀ ਹੋ ਚੁੱਕਾ ਸੀ, ਜਿੱਥੋਂ ਕਿ ਕੈਬਨਿਟ ਮੰਤਰੀ ਵੱਲੋਂ ਸਕੂਲ ਦਾ ਦੌਰਾ ਵੀ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ ਵਿੱਚ ਟੀਮ ਵੀ ਬਣਾਈ ਗਈ, ਪਰ ਉਹ ਟੀਮ ਵੱਲੋਂ 22 ਅਧਿਆਪਕਾਂ ਨੇ ਜਿਹੜੇ ਵਰਦੀਆਂ ਕਰ ਦਿੱਤੀਆਂ ਗਈਆਂ ਅਤੇ ਅੱਜ ਸਕੂਲ ਖੁੱਲ੍ਹਣ 'ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਨੂੰ ਤਾਲਾ ਲਗਾ ਕੇ ਧਰਨਾ ਲਗਾ ਦਿੱਤਾ ਅਣਮਿੱਥੇ ਸਮੇਂ ਲਈ। ਸਾਡੇ ਨਾਲ ਨੇ ਇਸ ਟਾਈਮ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਉਹਨਾਂ ਤੋਂ ਗੱਲਬਾਤ ਕਰਦੇ ਉਹਨਾਂ ਨਾਲ ਕੀ ਮਾਮਲਾ, ਕਿਸ ਤਰ੍ਹਾਂ ਇਹ ਮਾਮਲਾ ਜਿਹੜਾ ਠੰਡਾ ਹੋਇਆ ਹੈ, ਗੁੰਝਲਦਾਰ ਆ ਜਿਹੜਾ ਮਾਮਲਾ ਬਣਦਾ ਜਾ ਰਿਹਾ। ਇਹ ਜੋ ਮਾਮਲਾ ਹੈ ਇਹ ਗੁੰਝਲਦਾਰ ਹੈ ਨਹੀਂ, ਗੁੰਝਲਦਾਰ ਬਣਾਇਆ ਜਾ ਰਿਹਾ ਹੈ। ਉਹਨਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੇ ਪਹਿਲਾਂ 5-10 ਸਾਲ ਪੰਜਾਬ ਦਾ ਬੇੜਾ ਗਰਕ ਕੀਤਾ, ਉਹਨਾਂ ਦੇ ਵਿੱਚੋਂ ਹੀ ਉਂਗਲ ਲਾ ਕੇ ਬੱਚਿਆਂ ਦੀ ਪੜ੍ਹਾਈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਂ ਚਾਹੁੰਦਾ ਕਿ ਜੋ ਡੀ ਸੀ ਸਾਹਿਬ ਦੀ ਕਮੇਟੀ ਥੱਲੇ ਅਸੀਂ ਕਮੇਟੀ ਬਣਾਈ ਸੀ, ਉਹਨਾਂ ਨੇ ਸਾਰੇ ਮੁੱਦੇ ਵਾਚ ਕੇ ਜੋ ਫੈਸਲਾ ਲਿਆ ਹੈ ਉਹਨਾਂ ਨੇ ਲਿਆ ਹੈ। ਇੱਥੇ ਜੋ ਮੇਰੇ ਧਿਆਨ 'ਚ ਹੈ 3 ਧੜੇ ਸੀ ਟੀਚਰ ਸਾਹਿਬਾਨ ਦੇ, ਔਰ ਧੜੇ ਇੱਕ ਦੂਜੇ ਨੂੰ ਖਰਾਬ ਕਰਨ 'ਤੇ ਤੁਲੇ ਹੋਏ ਸੀ, ਕਦੇ ਜਾਤੀਵਾਦ 'ਚ ਫਸਾਉਂਦੇ ਸੀ, ਕਦੇ ਕੁਛ ਕਰਦੇ ਸੀ। ਇਸ ਕਰਕੇ ਇਸ ਨੂੰ ਲੜਾਈ ਨੂੰ ਰੋਕਣ ਵਾਸਤੇ ਕਿਸੇ ਨੂੰ ਡਿਸਮਿਸ ਨਹੀਂ ਕੀਤਾ, ਕਿਸੇ ਨੂੰ ਕੋਈ ਵੱਡੀ ਸਜ਼ਾ ਨਹੀਂ ਦਿੱਤੀ। ਬਦਲੀਆਂ ਆਮ ਗੱਲ ਹੈ, ਜੇ ਬਦਲੀਆਂ ਨਾਲ ਸਕੂਲ ਦਾ ਭਵਿੱਖ ਬੱਚਿਆਂ ਦਾ ਭਵਿੱਖ ਠੀਕ ਹੁੰਦਾ, ਰੋਜ਼ ਦੀ ਲੜਾਈ। ਔਰ ਸਿਆਸਤ ਜਿਹੜੇ ਲੋਕ, ਕੋਈ ਬਿਹਾਰ ਤੋਂ ਆ ਕੇ ਕਰਦਾ, ਕੋਈ ਕਿਤੋਂ ਆ ਕੇ ਕਰਦਾ, ਕੋਈ ਅਕਾਲੀ ਦਲ ਬੀਜੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਔਰ ਕੁੱਟ ਕੇ ਬੇੜਾ ਗਰਕ ਕਰ ਦਿੱਤਾ, ਉਹ ਵੀ ਅੱਜ ਕੱਲ੍ਹ ਸਿਆਣੇ ਬਣੇ ਫਿਰਦੇ ਨੇ। ਇਸ ਕਰਕੇ ਇਸ ਨੂੰ ਲੜਾਈ ਨੂੰ ਖਤਮ ਕਰਨ ਵਾਸਤੇ ਕੋਈ 4 ਕਿਲੋਮੀਟਰ 'ਤੇ, ਕੋਈ 5 ਕਿਲੋਮੀਟਰ 'ਤੇ, ਕੋਈ 10 ਕਿਲੋਮੀਟਰ 'ਤੇ ਟੀਚਰ ਸਾਹਿਬਾਨ ਬੁਲਾਏ ਨੇ, ਔਰ ਜਿਹੜੇ ਲਗਾਏ ਗਏ ਨੇ ਉਹ ਵੀ ਟੀਚਰ ਸਾਹਿਬਾਨ ਹੀ ਲਗਾਏ ਗਏ ਨੇ, ਨਾ ਕੋਈ ਹੋਰ ਬੰਦੇ ਲਗਾਏ ਗਏ ਨੇ। ਔਰ ਮੈਂ ਵੀ ਕਹਿਣਾ ਚਾਹੁੰਦਾ, ਇਹ ਪ੍ਰਸ਼ਾਸਨਿਕ ਤੌਰ 'ਤੇ ਜੋ ਫੈਸਲਾ ਹੋਇਆ ਉਹਨੇ ਸਮਝ ਸੋਚ ਕੇ ਕੀਤਾ ਹੈ। ਜਿਹੜੇ ਲੋਕ ਜ਼ਿਆਦਾ ਦੂਰ ਚਲੇ ਗਏ ਨੇ, ਅਗਲੀਆਂ ਜਨਰਲ ਬਦਲੀਆਂ ਆਉਣੀਆਂ ਨੇ, ਉੱਥੇ ਉਹਨਾਂ ਨੂੰ ਐਡਜਸਟ ਕੀਤਾ ਜਾਏਗਾ, ਲੇਕਿਨ ਇਹ ਇਸ ਗੱਲ ਦੇ ਹੱਕ 'ਚ ਹੈ ਨਹੀਂ ਕਿ ਉਹ ਉਹਨਾਂ ਸਾਰਿਆਂ ਨੂੰ ਫੇਰ ਇਕੱਠਾ ਕਰਕੇ ਮੁੜ ਕੇ ਫੇਰ ਲੜਾਈ ਕਰਾਈਏ। ਪਟਿਆਲਾ ਖਬਰਨਾਮਾ ਲਈ ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ।